आकाशवाणी जमू संबरें तुंका स्वागत पहले खास खास खबरें जगमोहन शर्मा सेना ने राजौरी जिले च जी कब्जा रेखा कष घुसपैठ की कोशिश में नाकाम करी बने कष दो घुसपैठि दियां लोथा पे होने की जानकारी है अदालत ने यासिन मलिक ने रूबिया सईद के अपहरण आमलेतख हाजिरी की अपील खारिज कर दी रूबिया सईद खिलाफ जमानती वारंट जारी उपराज्यपाल मनोज सिन्हा होने आखू कश्मीर के नौजवानों की अपने लक्ष्य हासिल करने च सहयोग देने सरकार सब मुमकिन जतन कराद एल जी हो अ श्रीनगर च ठाईवीं मास्टर ਨੇ ਟੇਬਲ ਟੈਨਿਸ ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ ਸਮੁੱਚੇ ਡੋਗਰ ਪ੍ਰਾਂਤਾਂਚ ਵਿੱਚ ਅੱਜ ਬਾਚ ਦੁਆਦ ਅਤਿਆਰ ਪਰੰਪਰਿਕ ਸ਼ਰਧਾ ਤੇ ਉਤਸ਼ਾਹ ਕਨੇ ਮਨਾਇਆ ਗਿਆ ਤੇ ਜੰਮੂ ਕਸ਼ਮੀਰ ਚ ਅੱਜ 6 ਘੰਟੇ ਦੇ ਅੰਦਰ ਅੰਦਰ ਹਲਕੇ ਦਰਜੇ ਦੇ 4 ਪੁੰਚਾ ਲਾਏ ਖਬਰਾਂ ਦੀ ਤਫਸੀਲ ਕਰਨੇ ਨਰਮਲ ਵਿਕਰਮ ਜੰਮੂ ਡਿਵੀਜ਼ਨ ਦੇ ਰਾਜੋਰੀ ਜ਼ਿਲ੍ਹੇ ਦੇ ਨਸ਼ਹਿਰਾ ਸੈਕਟਰ ਚ ਸੈਨਾ ਨੇ ਕਬਜ਼ਾ ਰੇਖਾ ਉਪਰ ਲਾਮ ਇਲਾਕੇ ਚ ਗੁਸਪੈੜ ਦੀ ਇੱਕ ਕੋਸ਼ਿਸ਼ ਕੀਤੀ ਜੰਦੀ ਰਾਤੀ ناکਾਮ ਕਰ ਦਿੱਤਾ ਰੱਖਿਆ ਮੰਤਰਾਲੇ ਦੇ ਜਨ ਸੰਪਰਕ ਅਧਿਕਾਰੀ ਨੇ ਦੱਸਿਆ ਜੇ ਜੰਦੀ ਰਾਤੀ ਲਾਮ ਇਲਾਕੇ ਦੇ ਪੁਖਰਨੀ ਗ్రాਂਜ ਬੰਨੇਪਾਰਾ ਕਿਸ਼ ਆਤੰਕਵਾਦੀਆਂ ਕੁਸਪੈਟ ਦੀ ਕੋਸ਼ਿਸ਼ ਕੀਤੀ ਇੰਦੇ ਚਾ ਇੱਕ ਆਤੰਕਵਾਦੀ ਆਸਿਆ ਕੋਈ 10 ਵਜੇ ਇੱਕ ਬਰੂਦੀ ਸੁਰੰਗ ਉੱਪਰ ਪੈਰ ਰਖੋਈ ਜਾਣੇ ਦੇ ਕਾਰਨ ਠਮਾਕਾ ਹੋਇਆ ਪਰ ਇਹ ਪਤਾ ਨਹੀਂ ਲੱਗੀ ਸਕਿਆ ਜੇ ਕੋਈ ਆਤੰਕਵਾਦੀ ਮਾਰਿਆ ਗਿਆ ਜਾਂ ਜ਼ਖਮੀ ਹੋਇਆ ਜਾਂ ਨਹੀਂ ਚੌਕਸ ਇਨਾਂ ਦੇ ਜਵਾਨਿਆਂ ਸਿਆਹੀ ਇਲਾਕੇ ਦੀ ਘੇਰਾਬੰਦੀ ਕਰ ਲੈਤੀ ਗਈ ਹੈ ਤੇ ਤਪਾਸ਼ ਜਾਰੀ ਹੈ ਰੱਖਿਆ ਪ੍ਰਵਕਟ ਨੇ ਵੀ ਦੱਸਿਆ ਜੇ ਘੁਸਪੈਠ ਹਾਲੀ ਥਾਰਾ ਪਰ ਘੁਸਪੈਠ ਕੀਤੇ ਜਾਣ ਦੀ ਕੋਸ਼ਿਸ਼ ਦੌਰਾਨ ਦੋ ਜਨਨਦੀਏ ਲੋਥੇ ਦਾ ਪਤਾ ਲੱਗਿਆ ਘੁਸਪੈਠ ਦੀ ਇਹ ਕੋਸ਼ਿਸ਼ ਐਤਵਾਰ ਨੂੰ ਲਸ਼ਕਰੇ ਤੈਬਾ ਦੇ ਸਖਲਾਈ ਜਾਫਤਾ ਗਾਈਡ ਤੇ ਪਾਕਿਸਤਾਨੀ ਸੈਨਾ ਦੇ ਖੂਫੀਆ ਯੂਨਿਟ ਲਈ ਕੰਮ ਕਰਨ ਵਾਲੇ ਇੱਕ ਆਤੰਕਵਾਦੀ ਗਈ ਜ਼ਖਮੀ ਹਾਲਚ ਗ੍ਰਿਫਤਾਰ ਕਰਨ ਦੇ ਮੱਦੇਨਜ਼ਰ ਮਤਾਮਤ ਰੱਖ ਦਿੱਇਆ ਹੈ ਜੰਮੂ ਚੀਕ ਅਦਾਲਤ ਨੇ ਜਕੇ ਐਲ ਐਫ ਪ੍ਰਮukh ਯਾਸੀਨ ਮਲੇਕ ਨਾ ਜਿਹੜਾ ਆਸਤਾ ਰੂਬੀਆ ਸૈયਦ ਆਸਿਆ ਆਜ਼ਰ ਨਹੀਂ ਹੋਣੇ ਉੱਪਰ ਜ਼ਮਾਨਤੀ ਵਾਰੰਟ ਜਾਰੀ ਕੀ ਤੈਨ ਰੂਬੀਆ ਸૈયਦ ਨੇ ਪਿਛਲੀ ਸੁਣਵਾਈ ਦੌਰਾਨ ਯਾਸੀਨ ਮਲੇਕ ਦੀ ਉਹਦੇ ਅਪਹਰਣ ਕਰਤਾ ਦੇ ਤੌਰ ਉੱਪਰ ਪਛਾਣ ਕੀਤੀ ਹੀ ਆਕਾਸ਼ਵਾਨੀ ਜੰਮੂ ਦੇ ਸੰਵਾਦਾਤਾ ਨੇ ਰਿਪੋਰਟ ਦਿੱਤੀ ਹੈ ਜੇ ਸੀ ਬੀ ਆਈ ਦੀ ਵਿਸ਼ੇਸ਼ ਸਰਕਾਰੀ ਵਕੀਲ ਮੋਨਿਕਾ ਕੋਲੀ ਹੋਰੇ ਆਖਿਆ ਜੇ ਰੁਬਈਆ ਸੈਦ ਟਾਡਾ ਅਦਾਲਤ ਵਿੱਚ ਆਰੋਪੀ ਕਰਨਾ ਜਿਹੜਾ ਹਸਤਾ ਹਾਜ਼ਰ ਨਹੀਂ ਹੋਈ ਹੈ ਇਸ ਲਈ ਅਦਾਲਤ ਨੇ ਉਹਦੇ ਖਿਲਾਫ ਜ਼ਮਾਨਤੀ ਵਾਰੰਟ ਜਾਰੀ ਕੀਤੇ ਤੇ 21 ਸਤੰਬਰ ਦੀ ਸੁਣਵਾਈ ਦੀ ਅਗਲੀ ਤਰੀਕ ਉੱਪਰ ਹਾਜ਼ਰ ਰੋਣੇ ਦੇ ਨਿਰਦੇਸ਼ ਦਿੱਤੇ ਇਸ ਬਾਰੇ 21 ਜੁਲਾਈ ਦੀ ਰੂਬੀਆ ਨੇ ਯਾਸੀਨ ਮਲੇਗੀ 1999 ਵਿੱਚ ਉਹ ਦੇ ਉਹਦੇ ਅਪਹਰਣ ਦੇ ਅਪਹਰਣ ਕਰਤਾਾਂ ਚਾ ਇੱਕ ਦੇ ਤੌਰ ਉੱਪਰ ਪਛਾਣ ਕੀਤੀ ਸੀ 1999 ਚ ਉਹਦਾ ਆਪਹਰਨ ਹੋਇਆ ਹ ਜਦੋਂ ਉਹਦੇ ਪਿਤਾ ਮੁਫਤੀ ਮੁਹੰਮਦ ਸੈਦ ਕੇਂਦਰੀ ਗ੍ਰਹਿ ਮੰਤਰੀ ਹੈ ਅਦਾਲਤਾਂ ਨੇ ਯਾਸੀਨ ਮਲਿਕ ਦੀ ਇਸ ਅਪੀਲ ਕੀ ਵੀ ਖਾਰਜ ਕਰ ਦਿੱਤਾ ਜੇ ਉਸੇ ਪ੍ਰਤੱਖ ਰੂਪ ਵਿੱਚ ਅਦਾਲਤਾਂ ਚ ਹਾਜ਼ਰ ਹੋਣ ਦਿੱਤਾ ਜਾ ਕਿ ਜੇ ਅਦਾਲਤਾਂ ਨੇ ਸਭਨੇ આરોપીਾਂ ਕੀ ਵਰਚੁਅਲ ਮਾਧਿਅਮ ਰਾਹੀਂ ਗੈ ਪੇਸ਼ੋ ਨੇ ਦੇ ਨਿਰਦੇਸ਼ ਦਿੱਤੇ ਦਿਨ ਕ੍ਰਿਸ਼ੀ ਪੈਦਾਵਾਰ ਸਰਬੰਧੀ ਵਿਭਾਗ ਦੇ ਅਤਿਰਿਕਤ ਮੁੱਖ ਸਚਿਵ ਅਟਲ ਡੁੱਲੂ ਹੋ ਰਹੇ ਨਿਊਜ਼ੀਲੈਂਡ ਦੇ ਇੱਕ ਮਾਹਿਰ ਪ੍ਰਤੀਨਿਧੀ ਮੰਡਲ ਕਨ ਜੰਮੂ ਕਸ਼ਮੀਰ ਚ ਮਵੇਸ਼ੀਆਂ ਦੇ ਖੇਤਰ ਦੇ ਸਰਵੇਖਣ ਗਈ ਲਈ ਹੈ ਇੱਕ ਮੀਟਿੰਗ ਦੀ ਅਧਿਐਕਸ਼ਤਾ ਕੀਤੀ ਇਹ ਜ਼ਿਕਰ ਕਰਨੇ ਯੋਗ ਹੈ ਜੇ ਜੰਮੂ ਕਸ਼ਮੀਰ ਸਰਕਾਰ ਤੇ ਨਿਊਜ਼ੀਲੈਂਡ ਵਿਚਕਾਰ ਪਹਿਲਾ ਹੈ ਇੱਕ ਸਹਿਯੋਗ ਸਮਝੋਤੇ ਉੱਪਰ ਦਸਤਖਤ ਹੋ ਚੁਕੇ ਦਿਨ ਜੇਦੇ ਚ ਖਿੱਤੇ ਚ ਪੀਡ ਪਾਲਣ ਵਿਭਾਗ ਦੇ ਸੁਧਾਰ ਰਸਤਾ ਨਵੀਂ ਤਕਨੀਕੀ ਦੇਣਾ ਖੋਦ ਵਿਕਾਸ ਤੇ ਮੰਡੀ ਕੀ ਲਈ ਹੈ ਮੁਲਿਆੰਕਣ ਕਰਨਾ ਸ਼ਾਮਲ ਹੈ ਇਹ ਜਾਣਕਾਰੀ ਦਿੱਤੀ ਗਈ ਜੇ ਪਿਛਲੇ ਜਤਨੇ ਕਰੀ ਜੰਮੂ ਕਸ਼ਮੀਰ ਪਾ ਰਚ ਪ੍ਰਮੁਖ ਉਨ ਉਤਪਾਦਕ ਬਣੀ ਹੈ ਉਭਰਿਆ ਪ੍ਰਤੀਨਿਧੀ ਨੇ ਆਪਣੀ ਮੇਦਦੇਗੀ ਸਾਂਝਾ ਕੀਤਾ ਤੇ ਜੰਮੂ ਕਸ਼ਮੀਰ ਚ ਭਿੱਡ ਪਾਲਣ ਖੇਤਰ ਦੇ ਵਿਕਾਸ ਆਸਤੇ ਪੂਰਾ ਪੂਰਾ ਸਹਿਯੋਗ ਦੇਣੇ ਦਾ ਵਾਅਦਾ ਕੀਤਾ ਲੈਫਟੀਨੈਂਟ ਗਵਰਨਰ ਮਨੋਜ ਸਿਨਾ ਹੋਰੇ ਆ ਜਾ ਕੇ ਆ ਜੇ ਕੇਂਦਰ ਸਰਕਾਰ ਤੇ ਜੰਮੂ ਕਸ਼ਮੀਰ ਪ੍ਰਸ਼ਾਸਨ ਹਰ ਰੋਜ਼ ਯਤਨ ਕਰਾ ਕਰਦੇ ਨੇ ਜਿੰਦੇ ਕਰਨ ਜੰਮੂ ਕਸ਼ਮੀਰ ਦੇ ਨੌਜਵਾਨਾਂ ਲਈ ਨਾ ਮੁਮਕਿਨ ਕੰਮ ਵੀ ਮੁਮਕਿਨ ਹੋਈ ਜਾਣ ਤੇ ਉਹਨੇ ਕੀ ਆਪਣੇ ਲਕਸ਼ੇ ਕੀ ਹਾਸਲ ਕਰਨੇ ਚ ਸਖਾਲ ਹੋਇਆ ਸ਼ਿਨਗੂਦੇ ਇਨਡੋਰ ਸਟੇਡੀਅਮ 'ਚ 28ਵੀਂ ਮਾਸਟਰਜ਼ ਨੈਸ਼ਨਲ ਟੇਬਲ ਟੈਨਿਸ ਚੈਂਪੀਅਨਸ਼ਿਪ ਦੇ ਉਦਘਾਟਨ ਸਮਾਰੋਹ ਦੌਰਾਨ ਬੋਲਦਿਓ ਐਲਜੀ ਸਿਨਹ ਹੋਰਾਂ ਆਖਿਆ ਜੇ ਖੇਡਾਂ ਦੀ ਸਮਰੱਥ ਤੇ ਦਿਲਚਸਪੀ ਰੱਖਣ ਵਾਲੇ ਬੱਚੇ ਤੇ ਨੌਜਵਾਨੇਂਗੀ ਆਪਣੀ ਸ਼ਮਤਾ ਦੱਸਣ ਲਈ ਹਰ ਮੌਮਕਿਨ ਮੌਕੇ ਦਿੱਤੇ ਜਾ ਕਰਦੈ ਉਹਨੇ ਆਖਿਆ ਕਿ ਜੰਮੂ ਕਸ਼ਮੀਰ ਖੇਡ ਪਰਿਸ਼ਦ ਤੇ ਯੁਵਾ ਸੇਵਾਇਂ ਤੇ ਖੇਡੇ ਸਰਬੰਧੀ ਮਹਿਕਮਾ ਖੇਡੇ 'ਚ ਦਿਲਚਸਪੀ ਰੱਖਣ ਵਾਲੇ ਨੌਜਵਾਨੇ ਤੱਕਰ ਪੁੱਜੀਆ ਉਹਨੇ ਕਿ ਆਪਣੀ ਕਾਬਲੀਅਤ ਸਾਬਤ ਕਰਨ ਲਈ ਬਨਕਦਮੌਲ ਉਪਲਬਧ ਕਰਾ ਕਰਦਾ ਹੈ ਅਲਗੋਰੀ ਆਖਿਆ ਜੇ ਖੇਡ ਪਰਿਸ਼ਦ ਆਸਿਆ ਖੜਾਰੀਆਂ ਗਈ ਵਿਸ਼ਵ ਸਤਰ ਦਾ ਖੇਡ ਟਾਂਚਾ ਕਾਬਲ ਤੇ ਤਜਰਬੇਕਾਰ ਕੋਚ ਉਪਲਬਧ ਕਰਾਇਆ ਜਾ ਕਰ ਦੇਣ ਤਾਂ ਜੀ ਉਹ ਰਾਸ਼ਟਰੀ ਤੇ ਅੰਤਰਰਾਸ਼ਟਰੀ ਸੱਤਾ ਦੇ ਮੁਕਾਬਲੇ ਚ ਇਸਾ ਲੈਣੇ ਯੋਗ ਤਿਆਰ ਹੋਈ ਸਕਣ ਅੱਜ ਸ਼ੁਰੂ ਹੋਈ ਦੀ ਟੇਬਲ ਟੈਨਿਸ ਚੈਂਪੀਅਨਸ਼ਿਪ ਚ 28 ਰਾਜਾਂ ਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਥਮਾ 1000 ਕੁਲਾਮਤੇ ਖਿਡਾਰੀ ਤੇ ਅਧਿਕਾਰੀ ਇਸਾ ਲੈਣ ਆਏ ਦੇਣ आकाशवाणी जम्मू ਦੇ ਖੇਤਰੀ ਸਮਾਚਾਰ ਇਕਾਂਸ਼ ਆਸਿਆ ਡੋਗਰੀ ਤੇ ਗੋਜਰੀ ਸਮਾਚਾਰੇ ਲਈ ਕੈਜੂਅਲ ਅਨੁਵਾਦਕ ਤੇ ਸਮਾਚਾਰਵਾਚਕਾਂ ਸੰਪਾਦਕਿੰ ਤੇ ਤਕਨੀਕੀ ਸਹਾਇਕਿੰ ਦੇ ਪੈਨਲ ਲਈ ਤਰਖਾਸਤਾਂ ਮੰਗੀਆਂ ਗਈਆਂ ਨੇ ਇਹਦੇ ਲਈ ਉਮਰ ਦੀ ਅਦ 21 ਕੋਲ 50 ਵਰੇ ਦੀ ਰੱਖੀ ਗਈ ਦੀ ਹੈ ਡੋਗਰੀ ਤੇ ਗੋਜਰੀ ਦੇ ਕੈਜੂਅਲ ਅਨੁਵਾਦਕ ਤੇ ਸਮਾਚਾਰਵਾਚਕ ਲਈ ਕਟੋਕੜ ਤਲੇਮੀ ਕਾਬਲੀਅਤ ਕੁਝ ਵੀ ਵਿਸ਼ੇ ਚ ਗ੍ਰੈਜੂਏਸ਼ਨ ਰੱਖੀ ਗਈ ਹੈ ਇਹਦੇ علاوہ ਸਰਬੰਧਿਤ ਭਾਸ਼ਾ ਬਾਰੇ ਜਾਣਕਾਰੀ ਉਸ ਭਾਸ਼ਾ ਚ ਲਿਖਣਾ ਪੜਨਾ ਤੇ ਅਨੁਵਾਦ ਕਰਨਾ ਆਉਣਾ ਵੀ ਲਾਜ਼ਮੀ ਹੈ ਇਹ ਦਕਨੋਕਨੀ ਮੇਦਵਾਰ ਦੀ ਆਵਾਜ਼ ਰੇਡੀਓ ਚ ਪ੍ਰਸਾਰਣ ਦੇ ਕਾਬਲੋ ਨਹੀਂ ਲੋਟ ਚਦੀ ਕੈਜੂਅਲ ਸਮਾਚਾਰ ਸੰਪਾਦਕ ਲਈ ਤਾਲੀਮੀ ਕਾਬਲੀਅਤ ਗ੍ਰੈਜੂਏਸ਼ਨ ਦੇ ਕੰਨੋਂ ਕੰਨੀ ਜਰਨਲਿਜ਼ਮ ਯਾਨੀ ਪੱਤਰਕਾਰੀ ਦਾ ਸਰ ਡਿਪਲੋਮਾ ਜਾਂ ਡਿਗਰੀ ਹੋਣਾ ਬੀ ਜ਼ਰੂਰੀ ਹੈ ਇਹਦੇ ਇਲਾਵਾ ਮੇਦਵਾਰ ਕੋਲ ਪ੍ਰਿੰਟ ਜਾਂ ਇਲੈਕਟ੍ਰੋਨਿਕ ਮੀਡੀਆ ਚ ਸੰਪਾਦਕ ਦੇ ਤੌਰ ਉਪਰ ਕੰਮ ਕਰਨੇ ਰਕ ਟੋ ਕਟ ਪੰਜੇ ਭਰੇ ਦਾ ਤਜਰਬਾ ਵੀ ਉਹਨਾਂ ਲੋਟ ਚ ਦਾ कैजुअल तकनीकी सहायक यानी टेक्निकल असिस्टेंट ਲਈ ਮੇਦਵਾਰ ਗ੍ਰੈਜੂਏਟ ਹੋਣ ਦੇ ਕਨੋਕਨੀ ਕੰਪਿਊਟਰ ਤੇ ਸਾਊਂਡ ਰਿਕਾਰਡਿੰਗ ਤੇ ਐਡੀਟਿੰਗ ਦਾ ਜਾਣਕਾਰ ਵੀ ਉਹਨਾਂ ਲੋਟ ਚ ਦਾ ਇਹਦੇ ਲਈ ਦਰਖਾਸਤਾਂ 25 ਅਗਸਤ 2022 ਕੋਲਾ ਪਹਿਲੇ ਪਹਿਲਾ ਇਸ ਪਤੇ ਉਪਰ ਭੇਜੀਆਂ ਜਾ ਸਕਦੀਆਂ ਦਾ ਹੈਡ ਆਫ ਨਿਊਜ਼ ਰੀਜਨਲ ਨਿਊਜ਼ ਯੂਨਿਟ 올 ਇੰਡੀਆ ਰੇਡੀਓ 53 ਜੰਮੂ 1800001 ਦਰਖਾਸਤ ਦੇ ਕੰਨੈ ਤਲੀਮੀ ਕਾਬਲੀਅਤ ਦੇ ਤਜਰਬੇ ਸਰਬੰਧੀ ਦਸਤਾਵੇਜ਼ ਤੇ ਫੀਸ ਦਾ ਬੈਂਕ ਡਰਾਫਟ ਲਾਣਾ ਜ਼ਰੂਰੀ ਹੈ ਜਨਰਲ ਕੈਟਾਗਰੀ ਦੇ ਮੇਦਵਾਰਾਂ ਲਈ ਇਹ ਫੀਸ 355 ਰੁਪਏ ਹੈ ਜਿਸ ਲਈ ਕਿ ਐਸਸੀ ਐਸਟੀ ਤੇ ਓਬੀਸੀ ਮੇਦਵਾਰਾਂ ਲਈ ਫੀਸ 265 ਰੁਪਏ ਰੱਖੀ ਗਈ ਹੈ ਇਹਦੇ ਚ 18% ਦੇ ਹਿਸਾਬ ਹੈ ਜੀਐਸਟੀ ਵੀ ਲਾਇਆ ਗਿਆ ਹੈ ਮੇਦਵਾਰ ਜੇਕਰ ਚਾਹਣ ਤਾਂ ਫੀਸ ਆਕਾਸ਼ਵਾਨੀ ਜੰਮੂ ਦੇ ਭਾਰਤੀ ਸਟੇਟ ਬੈਂਕ ਦੇ ਖਾਤਾ ਨੰਬਰ 1058 2387126 ਚ ਆਨਲਾਈਨ ਵੀ ਜਮਾ ਕਰਾਈ ਸਕਦੇ ਨੇ ਜਿਹਦਾ ਆਈ ਐਫਸੀ ਕੋਡ ਐਸ ਬੀ ਆਈ ਐਨ 0000657 ਹੈ ਮਤੀ ਜਾਣਕਾਰੀ ਇਸ ਨੰਬਰ ਐ ਪਰ ਅਸਲ ਕੀਤੀ ਜਾ ਸਕਦੀ ਹੈ ਨੰਬਰ ਹੈ 01912546658 ਤੇ ਹੁਣ ਬਾਕੀ ਦੀ ਖਬਰਾਂ ਕੰਨ ਜਗਮੂਨ ਸ਼ਰਮਾ ਜਮੂ ਟਿਵੀਜ਼ਨ ਦੇ ਬਾਖਪਾਕੀ ਸਹਿਚ ਅੱਜ ਪਰੰਪਰਿਕ ਬਾਚਤਵਾਦ ਦਾ ਤਿਆਰ ਬਨਾਇਆ ਗਿਆ। ਡੋਗਰ ਸੰਸਕ੍ਰਿਤੀ ਤੇ ਪਰੰਪਰਾਆਂ ਗੀ ਮਜ਼ਬੂਤ ਕਰਨਿਆਲਾ ਇਤਿਹਾਅਰ ਜੰਮੂ ਦੇ ਅਲਾਵਾ ਕਠੂਆ ਤੇ ਉਦਮਪੁਰ ਜ਼ਿਲ੍ਹੇ ਚ ਵੀ ਮਨਾਇਆ ਗਿਆ ਬਚਤਵਾ ਮਾਂ ਤੇ ਬੱਚੇ ਦੇ ਸੱਚੇ ਇਰਖੇ ਦੀ ਦਰਸ਼ਾਣਿਆਲਾ ਰਵਾਇਤੀ ਡੋਗਰਾ ਤਿਹਾੜਾ ਅਜਾ ਦੇ ਤਿਹਾੜੇ ਮੌਰੀਆਂ ਆਪਣੇ ਬੱਚੇ ਦੀ ਲੰਮੀ ਅਰਬਲਾਰੀ ਵਰਤ ਰੱਖਦੀਆਂ ਨੇ ਤੇ ਇਕ ਬਲੇ ਰੁੱਟੀ ਖੰਦੀਆਂ ਨੇ ਅੱਜ ਵੀ ਪੂਰੇ ਰੀਤੀ ਰਿਵਾਜ ਕਰਨੇ ਮਾਂ ਰੁੱਟੇ ਤੇ ਛੇੜੇ ਦੇ ਛੋਲੇ ਕੰਨੇ ਨਦੀਆਂ ਦਰਿਆਵਾਂ ਦੇ ਕੰਢੇ ਉੱਪਰ ਜਾ ਕੇ ਪੂਜਾ ਅਰਚਨਾ ਕੀਤੀ ਉਦਮਪੁਰ ਚ ਮਤੀਆਂ ਸਾਰੀਆਂ ਜਨਾਨੀਆਂ ਦੇਵ ਕਾ ਦੇ ਕੰਢੇ ਕਿੱਥੇ ਹੋਈ ਬਾਚਤਵਾਦੀ ਪੂਜਾ ਕੀਤੀ ਉਦੰਪੁਰ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਕ੍ਰਿਤਿਕਾ ਜੋਸ਼ਨਾਵਰੇ ਉਦੰਪੁਰ ਜ਼ਿਲ੍ਹੇ ਦੀ ਪੰਚਾਇਤੀ ਤਹਿਸੀਲ ਜਮੀਰਗੜ੍ਹ ਤਰੇਰੋਜ਼ਾ ਇਤਿਹਾਸਿਕ ਸੰਕ੍ਰਿਤੀ ਦੇਵਤਾ ਮੇਲੇ ਦਾ ਉਦਘਾਟਨ ਕੀਤਾ ਇਸ ਮੌਕੇ ਪਰ ਬੋਲਦੇ ਹੋ ਨਿਆਖਿਆ ਜਿ ਇਹ ਨੇ ਮੇਲੇ ਚੜਾ ਧਾਰਮਿਕ ਭਾਵਨਾਏਗੀ ਹੈ ਸੰਤੁਸ਼ਟ ਨਹੀਂ ਕਰਦੇ ਸਗੁਆ ਸੱਚਾ ਸੁੱਚਾ ਜੀਨ ਜੀਣ ਲਈ ਪ੍ਰੇਰਿਤ ਵੀ ਕਰਦੇ ਨੇ ਉਹਨੇ ਸਾੜੇ ਉਦੰਪੁਰ ਵਾਲੇ ਸੰਵਾਦਾਤਾ ਕਨ ਨਿਕਾਲ ਕਰਦੇ ਹੋ ਯਾਖਿਆ का आयोजन नहीं आप हो पाया था और जाहिर सी बात है जैसा अभी आपको डीडीसी डी चेयरपर्सन साहब ने भी बताया कि जब ये मेला होता है लोग यहाँ पर आकर अपने टेंट्स लगाते हैं स्टॉल्स लगाते हैं और उससे उनकी जीविका का भी उद्योग बनता है ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਅਭਿਆਨ ਤੇ ਸੰਗਠਿਤ ਪੁੱਜ ਤੇ ਸੰਚਾਰ ਕਾਰਜਕ੍ਰਮ ਤਹਿਤ ਬਟੋਤ ਚ ਲਵਾਈ ਗਈ ਦੀ ਫੋਟੋ ਨਮਾਇਸ਼ ਅੱਜ ਖਤਮ ਹੋਈ ਗਈ ਦੋ ਰੋਜ਼ਾ ਇਸ ਨਮਾਇਸ਼ ਚ ਬੜੀ ਬੱਦ ਗਿਣਤੀ ਚ ਵਿਦਿਆਰਥੀਆਂ ਮਕਾਮੀ ਲੋਕਾਂ ਤੇ ਕਲਾਕਾਰਾਂ ਨੇ ਸਹਾਇਤਾ ਇਹਦਾ ਸ੍ਰਿਸ਼ਤਾ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਭਾਰਤ ਸਰਕਾਰ ਦੇ ਕੇਂਦਰੀ ਸੰਚਾਰ ਬਿਊਰੋ ਦੇ ਰੀਜਨਲ ਦਫ਼ਤਰ ਜੰਮੂ ਕਸ਼ਮੀਰ ਤੇ ਲੱਦਾਖ ਆਸਿਆ ਸਰਕਾਰੀ ਮਾਡਲ ਆਰਟ ਸੈਕੰਡਰੀ ਸਕੂਲ ਬਟੋਤ ਚ ਕੀਤਾ ਗਿਆ ਹੈ ਜਿਹਦੇ ਚ ਕਲਾਕਾਰਾਂ ਨੇ ਆਪਣੀ ਪ੍ਰਸਤੂਤੀਆਂ ਰਾਏ ਦੇਸ਼ ਭਗਤੀ ਵਾਲਾ ਮੋਲ ਬਣਾਈ ਦਿੱਤਾ ਅੱਜ ਖੀਰੀ ਰੋਜ਼ ਕਾਰਜਕ੍ਰਮ ਦੇ ਸਦਾਰਤ ਰਾਮ ਵੰਤੇ ਬਲੌਕ ਵਿਕਾਸ ਚੇਅਰਮੈਨ ਰਾਜੇਸ਼ਵਰ ਕੁਮਾਰੋ ਨੇ ਕੀਤੀ ਇਸ ਮੌਕੇ ਵਿਦਿਆਰਥੀਆਂ ਸਿਆ ਡਰਾਇੰਗ ਦੇਸ਼ ਭਗਤੀ ਗੀਤ ਨਾਚ ਨੁਕਰਨਾਟਕ ਸਵਾਲ ਜਵਾਬ ਤੇ ਦੋਵੇਂ ਮੁਕਾਬਲੇ ਬਾਜ਼ੀਆਂ ਵੀ ਆਯੋਜਿਤ ਕੀਤੀਆਂ ਗਈਆਂ ਜਿੰਦੇ ਚ ਵਿਦਿਆਰਥੀਆਂ ਦੇ ਇਲਾਵਾ ਆਂਗਣਵਾੜੀ ਵਰਕਰ ਤੇ ਜੰਮੂਥਮਾ ਆਦੇ ਅਰਚਨਾ ਤੇ ਉਹਦੇ ਸਾਥੀਆਂ ਦੇ ਗਰੁੱਪ ਨੇ ਵੀ ਇਸ ਸਲੈਟਾ ਪੁੰਛ ਜ਼ਿਲ੍ਹੇ ਚੋਂ ਭਾਰਤ ਤੇ ਪਾਕਿਸਤਾਨ ਵਿਚਕਾਰ ਨੰਨਟਨ ਰੇਖਾ ਕਨੇ ਲਗਦਾ ਚਿਲਾਸ ਗ੍ਰਾਮ ਆਉਣ ਵਾਲੇ ਕੇਸ਼ਬਰੇਂਜ ਇੱਕ ਆਦਰਸ਼ ਆਯੂਸ਼ ਗ੍ਰਾਂਦ ਦੇ ਰੂਪ ਵਿੱਚ ਉਭਰੀ ਹੈ ਸਾਹਮਣੇ ਆਉਗਾ ਜਿੱਥੋਂ ਦੇ ਬਸਨੀਕੇ ਕੀ ਨਾਚੜੀ ਮਕਾਮੀ ਜੜੀ ਬੂਟੀਆਂ ਦੀ ਪਛਾਣ ਹੋ ਗਸ ਉਹਨਾਂ ਦੇ ਫਾਇਦੇ ਉਹਨਦੀ ਵਰਤੋਂ ਉਹਦੀ ਰੜਕੀਆਂ ਕਰਨੀਆਂ ਜਿਹਨਾਂ ਕੀ ਵੇਚੀ ਬੱਟੀਆਂ ਕਿਸ ਚਾਲੀ ਪੈਹਾ ਕਮਾਇਆ ਜਾ ਸਕਦਾ ਹੈ ਇਸ ਸਭ ਦੀ ਜਾਣਕਾਰੀ ਤੇ ਮਾਰਤ ਇਹਨੇ ਕੀ ਆਸ ਲੋਗ ਚਿਲਾਸ ghee ਆਯੂਸ਼ ਗ੍ਰਾਂਦ ਦੇ ਰੂਪ ਵਿੱਚ ਵਿਕਸਿਤ ਕਰਨ ਦੀ ਪੇਠਾ ਪਹਿਲੀ ਗੈਂ ਪੁੱਟਦੀ ਹੋਈ ਆਯੂਸ਼ ਮਹਿਕਮਾ ਪੁੰਛ ਦੀ ਤਰਫਾ ਗਰਾਜ ਧਾਰਮਿਕ ਥਾਰੇ ਨਲੇ ਦਵਾਈਏ ਜੋ ਬਰਤੂਨ ਵਾਲੇ ਬੂਟੇ ਬੰਡੇਗੇ ਇਸ ਮੌਕੇ ਗRAND ਦੇ ਲੋਕਾਂ ਤੇ ਤਾਰਬਿਕ ਧਾਰਨ ਦੇ ਸੰਚਾਲਕਾਂ ਦੇ ਅਲਾਵਾ ਉੱਥੇ ਮੌਜੂਦ ਬੱਚੇ ਤੇ ਅਧਿਆਪਕਾਂ ਵੀ ਇਸ ਇਲਾਕੇ ਚ ਸੁਖਲੇ ਉਗਾਏ ਜਾ ਸਕਣ ਵਾਲੇ ਬੂਟੇ ਪੌਦਿਆਂ ਦੇ ਬਾਰੇ ਚ ਜਾਣਕਾਰੀ ਹੁੰਦੀ ਪਛਾਣ ਫਾਇਦੇ ਤੇ ਵਰਤੋਂ ਦੇ ਤਰੀਕਿਆਂ ਬਾਰੇ ਦੱਸਿਆ ਗਿਆ ਇੰਦੀ ਕਿਹੜੀ ਕਿਹੜੀ ਬਿਮਾਰੀ ਦੇ ਇਲਾਜ ਲਈ ਤੇ ਕਿਸ ਚਾਲੀ ਵਰਤੋਂ ਕੀਤੀ ਜਾ ਸਕਦੀ ਹੈ ਇਹਦੇ ਬਾਰੇ ਚ ਵੀ ਜਾਣਕਾਰੀ ਹੁਨੇਕ ਦਿੱਤੀ ਗਈ ਇਸ ਆਯੋਜਨ ਦੀ ਅਧਿਖਸ਼ਤਾ ਆਯੋਸ਼ ਕੇਂਦਰ ਚਿਲਾਸ ਦੀ ਡਾਕਟਰ ਬੇਨਜ਼ੀਰੋ ਨੇ ਕੀਤੀ ਜਿਸ ਲਈ ਕਿ ADMO ਆਯੋਸ਼ ਡਾਕਟਰ ਰਾਕੇਸ਼ कुमार ਇਸ ਮੌਕੇ ਮੁੱਖ ਬੋਲਣੇ ਹਨ ਮੀਡੀਆ ਕਨੇ ਗੱਲ ਕਰਦੀ ਹੋ ਯੁਨੀਦਰ ਸਿਆਜ ਕੇਂਦਰ ਸਰਕਾਰ ਦੇ ਤਰਫਾ ਆਯੁਰਵੇਦ ਦੇ ਵਿਸਤਾਰ ਤੇ ਪ੍ਰਸਾਰ ਲਈ ਪੁਟੀਜਾਰ ਦੀਏ ਕੇ ਤਹਿਤ ਮੁਲਕ ਪਰ ਹਰ ਇੱਕ ਜ਼ਿਲ੍ਹੇ ਚ ਕਟੋਕਟ ਇੱਕ ਆਯੂਸ਼ ਗ੍ਰਾਮ ਵਿਕਸਿਤ ਕਰਨ ਦੀ ਯੋਜਨਾ ਤਿਆਰ ਕੀਤੀ ਗਈ ਦੀ ਹੈ ਜਦੇ ਤਹਿਤ ਪੁੰਛ ਜ਼ਿਲ੍ਹੇ ਦੇ ਇਸ ਜਿਲਾਸ ਗ੍ਰਾਂਘੀ ਆਯੂਸ਼ ਗ੍ਰਾਂਦ ਰੂਪ ਵਿੱਚ ਤਿਆਰ ਕੀਤਾ ਜਾਗ ਇਸ ਮਹੀਨੇ ਦੀ 16 ਤਰੀਕ ਕੀ ਪਹਿਲਗਾਮ ਚ ਆਈਟੀਬੀਪੀ ਦੇ ਜਵਾਨੇ ਕੀ ਲਈ ਜਾਰ ਦੀ ਬੱਸ ਦੇ ਸੜਕਾ ਪਰ ਰੁਲ ਕੀ ਇਹ ਖਾਲ ਦਰਿਆ ਚ ਜਾਈ ਪੋਣੇ ਵਾਲੇ ਹਾਦਸੇ ਚ ਘਾਇਲਾਂ ਚ ਇੱਕ ਹੋਰ ਦੀ ਜੰਦੀ ਰਾਤ ਦੀ ਮੌਤ ਹੋਈ ਗਈ ਹੈ ਉਹਦੀ ਪਛਾਣ ਆਈਟੀਬੀਪੀ ਦੀ ਚੌਥੀ ਬਟਾਲੀਅਨ ਦੇ ਏਐਸਆਈ ਨੰਦਨ ਸਿੰਘ ਦੇ ਤੌਰਾ ਪਰ ਕੀਤੀ ਗਈ ਹੈ ਉਹਦਾ ਗੰਭੀਰ ਜ਼ਖਮੀ ਹੋਣੇ ਪਰ ਸ੍ਰੀਨਗਰ ਦੇ ਸਕੇਮਜ਼ਾ ਹਸਪਤਾਲ ਚ ਇਲਾਜ ਚਲਾ ਕਰਦਾ ਹੈ ਇਹਦੇ ਕੰਨੇ ਕੇ ਸਾਥ ਸੇ ਜਾਨ ਮੁਆਣੇ ਵਾਲੇ ਦੀ ਗਿਣਤੀ 8 ਹੋਈ ਗਈ ਹੈ 3 ਕੋਲਾ ਮਤੇ ਦਾ ਅਜੇ ਇਲਾਜ ਚਲਾ ਕਰਦਾ ਹੈ ਜੰਮੂ ਕਸ਼ਮੀਰ ਤੇ ਬਾਕਪਕਿਸਤ ਨੇ ਚਾਰਜ 6 ਘੰਟੇ ਦੇ ਅੰਦਰ ਅੰਦਰ ਚਾਰ ਵਾਰੀ ਪੁੰਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਪਹਿਲਾ ਝਟਕਾ ਅਧੀ ਰਾਤੀ ਦੇ ਬਾਅਦ 2:00 ਬਜੇ ਬੀ ਮਿੰਟਾਂ ਉਪਰ ਮਹਿਸੂਸ ਕੀਤਾ ਗਿਆ ਜਿਸ ਦਾ ਕੇਂਦਰ ਕਟਰਾ ਇਲਾਕੇ ਕੋਲ ਆ 68 किलोमीटर ਚੜਦੀ ਦਿਸ਼ਾ ਝਾ ਦੂਆ ਪੁੰਚਾਲ ਬੜਲੇ ਮੂਨੇਰੇ 3:21 ਮਿੰਟਾਂ 'ਤੇ ਆਇਆ ਜਿਸ ਦਾ ਕੇਂਦਰ ਡੋਡਾ ਇਲਾਕੇ ਕੋਲਾ ਕੁ 9.5 ਕਿਲੋਮੀਟਰ ਦੂਰ ਪੂਰਬ ਉੱਤਰ ਦਿਸ਼ਾ 'ਚ ਦੱਸਿਆ ਗਿਆ ਉਹਦੇ ਬਾਅਦ ਬੜਲੇ 3:44 ਮਿੰਟਾਂ 'ਤੇ ਉਦਮਪੁਰ ਕੋਲਾ 92 ਕਿਲੋਮੀਟਰ ਪੂਰਬ ਦਿਸ਼ਾ 'ਚ ਕੇਂਦਰਾ ਲਾਇਕ ਹੋਰ ਪੁੰਚਾਲ ਆਇਆ ਜਿਸ ਲਈ ਕਿ ਚੌਥਾ ਪੁੰਚਾਲ ਬੜਲੇ 8:03 ਮਿੰਟਾਂ 'ਤੇ ਆਇਆ ਜਿਸ ਦਾ ਕੇਂਦਰ ਉਦਮਪੁਰ ਕੋਲਾ 26 ਕਿਲੋਮੀਟਰ ਦੂਰ ਦੱਖਣ ਪੂਰਬ ਦਿਸ਼ਾ 'ਚ ਆ ਇਹ ਚਾਬਾ ਪੁੰਚਾਲ ਰਿਕਟਰ ਪਮਾਨੇ ਉਪਰ 2.34 ਹੈ 3 ਦਿਨਾਂ ਕੁਛ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ मौसम जम्मू कश्मीर आते चो चौवी घंटे दौरान किश टामी टामी थारें पर हल्की बरखा बरी सकती है आकाशवाणी के जम्मू संवाददाता ने मौसम विभाग के हवाले खबर दी है कि चौवीय घंटे दौरान गास पर अदे दुबे तौरा पर बदल घनोए रोंगन हून तापमान श्रीनगर अटो घट तापमान उन्नी अशारिया पंज डिग्री सेल्सियस दर्ज किया गया पहलगाम चौदह अशारिया दो डिग्री सेल्सियस गुलमर्ग बारह डिग्री सेल्सियस जल्द कि जम्मू शहर घो घापमान छब्बी अशारिया दो डिग्री सैल्सियस ਕਟੜਾਚੂ 22.2 ਬਟੋਤਚ 18.6 ਬਨਾਲਚ 17.2 ਤੇ ਪਦਰਵਾਜ ਘਟੋ ਘਟ ਤਾਪਮਨ 17.9 ਡਿਗਰੀ ਸੈਂਟੀਗ੍ਰੇਡ ਦਰਜ ਕੀਤਾ ਗਿਆ ਖੀਰਚ ਖਾਸ ਖਾਸ ਖਬਰਾਂ ਇੱਕ ਵਾਰੀ ਫਰਤੀ ਹੈ ਸੈਨਾ ਨੇ ਰਾਜੌਰੀ ਜ਼ਿਲ੍ਹੇ 'ਚ ਕਬਜ਼ਾ ਰੇਖਾ ਕੋਲ ਘੁਸਪੈਠ ਦੀ ਕੋਸ਼ਿਸ਼ ਕੀਤੀ ناکਾਮ ਕਰ ਦਿੱਤਾ ਬੰਨੇ ਕੋਲ ਦੋਂ ਘੁਸਪੈਠੀਆਂ ਦੀਆਂ ਲੋਥਾਂ ਦੀ ਜਾਣਕਾਰੀ ਥੋਈ ਹੈ ਅਦਾਲਤ ਨੇ ਯਾਸੀਨ ਮਲਿਕ ਦੀ ਰੁਬਈਆ ਸੈਦ ਦੇ ਅਪਹਰਣ ਮਾਮਲੇ 'ਚ ਪਰਤਖ ਹਾਜ਼ਰੀ ਦੀ ਅਪੀਲ ਕੀ ਖਾਜ ਕਰ ਦਿੱਤਾ ਹੈ ਰੁਬਈਆ ਸੈਦ ਖਿਲਾਫ ਜਮਾਨਤੀ ਵਾਰੰਟ ਜਾਰੀ ਕੀਤੇ ਗਏ ਉੱਪਰ ਰਾਜਪਾਲ ਮਨੋਜ ਸਿਨਾ ਹੋਰੇ ਆਖਿਆ ਜੇ ਜੰਮੂ ਕਸ਼ਮੀਰ ਦੇ ਨੌਜਵਾਨ ਨੇ ਕਿ ਆਪਣੇ ਲਕਸ਼ ਹਾਸਲ ਕਰਨੇ 'ਚ ਸਹਿਯੋਗ ਦੇਣੇ ਲਈ ਸਰਕਾਰ ਸਭੇ ਮੁਮਕਿਨ ਯਤਨ ਕਰਾ ਕਰਦੀ ਹੈ ਇਹਦੇ ਕੰਡਾ ਕਾ ਖਬਰਾਂ ਦਾ ਇਹ ਬੁਲੇਟਿਨ ਖਤਮ ਹੋਇਆ Thank <laughs> you.